ਸੋ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਦਰਸ਼ਕੋ, ਸਾਡੇ ਨਾਲ ਨੇ ਹੁਣ ਬਾਈ ਪੱਪੂ ਜੋਗੇ ਵਾਲੀ ਹੈ ਜੀ। ਸੋ ਕਬੱਡੀ ਦਾ ਨਾਮਵਰ ਪਲੇਅਰ ਆ। ਸੋ ਬਾਈ ਜੀ ਨਾਲ ਗੱਲਾਂ ਕਰਦਾ। ਬਾਈ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਬਾਈ ਜੀ, ਪਹਿਲਾਂ ਸਭ ਤੋਂ ਪਹਿਲਾਂ ਪੱਪੂ ਜੋਗੇ ਵਾਲਾ ਆਪਦੇ ਪਿਛੋਕੜ ਬਾਰੇ ਸਾਰੇ ਦਰਸ਼ਕਾਂ ਨੂੰ ਦੱਸੇ। ਮੇਰਾ ਨਾਂ ਜੀ ਪੱਪੂ ਜੋਗੇ ਵਾਲਾ ਜੀ, ਕੁਲਵੀਰ ਸਿੰਘ ਪੱਪੂ ਜੋਗੇ ਵਾਲਾ। ਫਾਦਰ ਦਾ ਨੇਮ ਹੈਗਾ ਅਮਰੀਕ ਸਿੰਘ, ਸਰਦਾਰ ਅਮਰੀਕ ਸਿੰਘ। ਮਾਤਾ ਦਾ ਨਾਮ ਸ਼੍ਰੀਮਤੀ ਕਸ਼ਮੀਰ ਕੌਰ। ਅਤੇ ਸਾਡਾ ਜਿਹੜਾ ਪੁਰਾਣਾ ਪਿੰਡ ਹੈ ਉਹ ਜੀਰੇ ਦੇ ਕੋਲ ਹੀ ਅਲੀਪੁਰ ਸੀ, ਅਤੇ ਬਾਅਦ 'ਚ ਅਸੀਂ ਜਿੱਦਾਂ 20 ਕੁ ਸਾਲ ਤੋਂ ਆ ਕੇ ਇੱਥੇ ਜੋਗੇਵਾਲ 'ਤੇ ਰਹਿ ਰਹੇ ਹਾਂ, ਅਤੇ ਇਸ ਕਰਕੇ ਆਪਣਾ ਨਾਮ ਜਿਹੜਾ ਪੱਪੂ ਜੋਗੇਵਾਲਾ। ਹਾਂਜੀ ਹਾਂਜੀ, ਮਸ਼ਹੂਰ ਹੋਇਆ ਕਬੱਡੀ 'ਚ। ਸੋ ਮੈਂ ਦਰਸ਼ਕੋ ਦੱਸ ਦੇਣਾ ਚਾਹੁੰਦਾ ਵੀ ਬਾਈ ਪੱਪੂ ਜੋਗੇ ਵਾਲੇ ਬਹੁਤ ਹੀ ਵਧੀਆ ਪਲੇਅਰ ਆ। ਸੋ ਅੱਜ ਸਾਨੂੰ ਬਹੁਤ ਕਾਫੀ ਸਮੇਂ ਬਾਅਦ ਇੱਥੇ ਮਿਲਿਆ ਤਾਂ ਆਪਾਂ ਇਹਨੂੰ ਫੜਿਆ। ਸੋ ਬਾਈ ਜੀ, ਅੱਜ ਤੁਸੀਂ ਇੱਥੇ ਆਏ ਹੋ, ਇਸ ਤੋਂ ਪਹਿਲਾਂ ਤੁਸੀਂ ਇੰਗਲੈਂਡ ਵੀ ਖੇਡ ਕੇ ਆਏ ਹੋ, ਬਾਹਰ ਵੀ ਖੇਡ ਕੇ ਆਏ ਹੋ, ਸੋ ਉਹਦੇ ਵਿਦੇਸ਼ੀ ਦੌਰਿਆਂ ਬਾਰੇ ਜ਼ਰੂਰ ਦੱਸੋ ਜੀ। ਹਾਂਜੀ, ਜਿੱਦਾਂ ਮੈਂ 2003 ਤੋਂ ਪ੍ਰੈਕਟਿਸ ਸ਼ੁਰੂ ਕਰਤੀ, ਕੁਲਵੰਤ ਸਿੰਘ ਕਬੱਡੀ ਕੋਚ ਆ ਜੋ ਸਾਡੇ ਪਿੰਡ ਦੇ, ਪਹਿਲਾਂ ਉਹ ਭਾਣ ਰੰਗਾ ਰਹਿੰਦੇ ਕਪੂਰਥਲੇ ਜ਼ਿਲ੍ਹੇ 'ਚ ਪਿੰਡ 'ਚ, ਫਿਰ ਉੱਥੋਂ ਜ਼ਮੀਨ ਆਪਣੀ ਵੇਚ ਕੇ ਆਪਣੇ ਪਿੰਡ ਜੋਗੇਵਾਲ ਚਲੇ ਗਏ। ਉਹਨਾਂ ਤੋਂ ਆਪਾਂ ਜਿਹੜੀ ਮੁੱਢਲੀ ਜਿਹੜੀ ਗੇਮ ਆ ਇਹਦੀ ਸਿਖਲਾਈ ਲਈ, ਅਤੇ ਪਹਿਲੀ ਵਾਰੀ 2005 'ਚ ਮੈਂ ਬੈਸਟ ਰੇਡਰ ਨਿਕਲਿਆ, ਉਦੋਂ ਹੀ 5 'ਚ ਹੀ ਗਿਆ ਸ਼ਾਰਜੇ ਕੱਪ 'ਤੇ। ਉਸ ਤੋਂ ਬਾਅਦ ਜੀ ਮੈਂ ਫਿਰ 6 'ਚ ਗਿਆ ਸ਼ਾਰਜਾ ਹੀ ਖੇਲਣ, ਅਤੇ 7 ਨੂੰ ਫਿਰ ਪਹਿਲੀ ਵਾਰੀ ਇੰਗਲੈਂਡ ਜਾਣ ਦਾ ਮੌਕਾ ਮਿਲਿਆ। ਇਹ ਗੁਰਨਾਮ ਸਿੰਘ ਸ਼ੌਕਰ ਦੀ ਟੀਮ ਆ ਡਰਬੀ, ਉਹਨਾਂ ਵੱਲੋਂ ਖੇਡੇ ਹਾਂ। ਉਸ ਤੋਂ ਬਾਅਦ ਫਿਰ ਇੱਦਾਂ ਹੀ ਜੀ ਕਬੱਡੀ 'ਚ ਜਾਣ ਦਾ ਸਫ਼ਰ ਚੱਲਦਾ ਰਿਹਾ। ਸੋ ਪੱਪੂ ਬਾਈ ਜੀ, ਜਿਵੇਂ ਅੱਜ ਆਪਾਂ ਕਾਨਫਰੰਸ, ਪਲੇਅਰ ਕਾਨਫਰੰਸ ਜਿਹੜੀ ਚੱਲ ਰਹੀ ਉਹ 'ਚ ਤੁਸੀਂ ਹਾਜ਼ਰ ਹੋਏ ਹੋ, ਸੋ ਇਸ ਕਾਨਫਰੰਸ ਬਾਰੇ ਕੀ ਕਹੋਗੇ ਜੀ? ਇਹਦੇ ਵਿੱਚ ਜੀ ਇਹ ਤਾਂ ਵਧੀਆ ਗੱਲ ਆ ਵੀ ਜਿੱਦਾਂ ਕੋਚ ਸਾਹਿਬਾਨ ਸਾਰੇ ਆਏ ਹੋਏ ਆ, ਅਤੇ ਸਾਡੇ ਜਿੱਦਾਂ ਮੀਰੀ ਪੀਰੀ ਦੇ ਜਿਹੜੇ ਹੈਗੇ ਆ ਜਿੱਦਾਂ ਮੇਨ ਸਪੋਂਸਰ ਮੱਖਣ ਧਾਲੀਵਾਲ ਜੀ, ਅਤੇ ਨਾਲੇ ਉਹ ਇਸ ਜਿਹੜੀ ਫੈਡਰੇਸ਼ਨ ਆ ਇਹਦੇ ਪੰਜਾਬ ਐਸੋਸੀਏਸ਼ਨ ਇਹਦੇ ਪ੍ਰਧਾਨ ਵੀ ਆ, ਅਤੇ ਉਹਨਾਂ ਨੇ ਜਿਹੜਾ ਇਹ ਮੁੱਦਾ ਉਠਾਇਆ ਹੈ ਵੀ ਜਿੱਦਾਂ ਮੌਕੇ 'ਤੇ ਡਰੱਗ ਦਾ ਜਿਹੜਾ ਜਿੱਦਾਂ ਵੀ ਡਰੱਗ ਲੈਣੀ ਪਲੇਅਰਾਂ ਨੂੰ ਬੰਦ ਕਰਨੀ ਚਾਹੀਦੀ ਆ, ਉਹ ਵਾਕਈ ਵੀ ਪਲੇਅਰਾਂ ਨੂੰ ਇਹ ਜਿਹੜੀ ਡਰੱਗ ਆ ਨਸ਼ਾ ਹੈ ਜਿਹੜਾ ਮੌਕੇ 'ਤੇ ਰਾਈਟ ਵੇ ਇੰਜੈਕਸ਼ਨ ਲਾਉਂਦੇ ਆ ਉਹਦੇ ਲਈ ਕਹਿੰਦੇ ਸੌਂਹ ਖਿਲਾਈ ਜਾਊਗੀ, ਵਧੀਆ ਗੱਲ ਆ। ਉਹਦਾ ਰਿਜ਼ਲਟ ਬਹੁਤ ਮਾੜਾ ਹੈ ਜੀ, ਉਹ ਨਹੀਂ ਲਾਉਣਾ ਚਾਹੀਦਾ ਪਲੇਅਰਾਂ ਨੂੰ, ਅਤੇ ਨੋਰਮਲ ਆਪਣੀ ਦੇਸੀ ਖੁਰਾਕ ਖਾ ਕੇ ਜਿੱਦਾਂ ਖੇਡਣਾ ਚਾਹੀਦਾ। ਸੋ ਬਾਈ ਜੋਗੇਵਾਲ ਪੱਪੂ ਨੇ ਦੱਸਿਆ ਵੀ ਨਸ਼ਾ ਨਹੀਂ ਕਰਨਾ ਚਾਹੀਦਾ, ਨਸ਼ੇ ਦੇ ਬਹੁਤ ਆਲ ਵਰਲਡ ਹੀ ਵਿਰੁੱਧ ਆ। ਸੋ ਬਹੁਤ ਮਾੜੀ ਗੱਲ ਆ ਬਾਈ ਜੀ, ਕਬੱਡੀ ਦੇ ਐਡੇ ਪਲੇਅਰ ਵੀ ਨਸ਼ਾ ਕਰਦੇ ਆ। ਹਾਂਜੀ, ਸੋ ਪੱਪੂ ਜੋਗੇਵਾਲ ਦਾ ਉਹਨਾਂ ਨੂੰ ਸੁਝਾਅ ਵੀ ਨਸ਼ਾ ਨਾ ਕਰੋ, ਉਹਦੇ ਬਾਰੇ ਕੋਈ ਖਾਸ? ਜਿੱਦਾਂ ਜੀ ਆਪਾਂ ਨਸ਼ਾ ਨਹੀਂ ਕਰਦੇ ਉੱਦਾਂ ਖੇਡਦੇ ਹਾਂ, ਅਤੇ ਉਹਦੇ 'ਚ ਆਪਣੀ ਜਿਹੜੀ ਬੋਡੀ ਆ ਉਹ ਲੌਂਗ ਟਾਈਮ ਚੱਲਦੀ ਆ, ਅਤੇ ਮਿਹਨਤ ਬੰਦਾ ਆਪਣੀ ਕਰੇ, ਖੁਰਾਕ ਦੇਸੀ ਖਾਏ, ਦੁੱਧ ਘਿਓ ਪਨੀਰ ਮੀਟ ਖਾਂਦੇ ਮੀਟ ਖਾ ਸਕਦੇ ਆ, ਪ੍ਰੋਟੀਨ ਵਗੈਰਾ ਲੈ ਲਓ ਜਿਹੜੀਆਂ ਮਤਲਬ ਸਪਲੀਮੈਂਟ ਫੂਡ ਆ। ਆਪਾਂ ਨੂੰ ਇਹ ਨਸ਼ਾ ਕਰਕੇ ਨਹੀਂ ਖੇਡਣਾ ਚਾਹੀਦਾ, ਇਹਦੇ ਰਿਜ਼ਲਟ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਜਲਦੀ ਹੀ ਮਿਲਣਗੇ। ਬਾਕੀ ਤਾਂ ਸਾਰਿਆਂ ਦੇ ਨਾਲ ਹੀ ਤੁਸੀਂ ਇਹਦੇ ਵਿੱਚ ਭਾਗ ਲਿਆ ਕਾਨਫਰੰਸ 'ਚ, ਅਤੇ ਤੁਸੀਂ ਸੁਣਿਆ ਹੀ ਆ ਵੀ ਕਿੱਦਾਂ ਸਾਰੀ ਮਤਲਬ ਪਲੇਅਰ ਵੀ ਦੁਖੀ ਹੋ ਚੁੱਕੇ ਨੇ ਨਸ਼ੇ ਤੋਂ, ਜਿਹੜੇ ਨਸ਼ਾ ਕਰਦੇ ਨੇ ਉਹ ਵੀ ਛੱਡਣਾ ਚਾਹੁੰਦੇ ਆ, ਸਹਿਮਤ ਨੇ ਉਹ ਆਪਣੀ ਫੈਡਰੇਸ਼ਨ ਦੇ ਨਾਲ। ਸੋ ਬਾਈ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ। ਸੋ ਬਾਈ ਜੀ, ਪਰਸਨਲ ਤੌਰ 'ਤੇ ਪੱਪੂ ਜੋਗੇਵਾਲੇ ਦੇ ਆਉਣ ਵਾਲੇ ਸਮੇਂ 'ਚ ਕੋਈ ਖਾਸ ਪਲਾਨ? ਬਸ ਜੀ ਇੱਦਾਂ ਹੀ ਆ, ਮੱਖਣ ਭਾਈ ਨਾਲ ਜੁੜੇ ਹੋਏ ਹਾਂ ਧਾਲੀਵਾਲ ਨਾਲ, ਮੇਰੀ ਸਾਡੇ ਜਿੱਦਾਂ ਮੇਰੀ ਪੀਰੀ ਕਬੱਡੀ ਕਲੱਬ ਅਮੈਰੀਕਾ, ਇਹਦੇ ਵਿੱਚ ਆਪਾਂ ਪਿਛਲੇ ਸਾਲ ਇੱਧਰ ਆਏ। ਪਹਿਲਾਂ ਤਾਂ ਇੱਦਾਂ ਜੀ ਵੀ ਪਿੰਡਾਂ ਦੇ ਮੈਚ ਕਾਫੀ ਵਧੀਆ ਖੇਡੇ, ਸਾਡਾ ਪਿੰਡ ਦੇ ਸੈੱਟ ਬਹੁਤ ਵਧੀਆ, ਜਿੱਦਾਂ ਗਗਨ ਜੋਗੇਵਾਲ ਮੇਰੇ ਨਾਲ ਦੂਸਰਾ ਰੇਡਰ ਆ, ਮੇਰਾ ਬ੍ਰਦਰ ਸ਼ੇਰਾ ਜੋਗੇਵਾਲ ਉਹ ਵੀ ਵਧੀਆ ਰੇਡਰ ਆ, ਅਤੇ ਸਟੋਪਰ ਜਿੱਦਾਂ ਨੈਲਾ ਹਰਪ੍ਰੀਤ ਨਵੇਂ, ਅਸੀਂ ਪਿੰਡਾਂ ਦੇ ਕਾਫੀ ਮੈਚ ਜਿੱਤੇ ਉਹਨਾਂ 'ਚ, ਮੋਟਰਸਾਈਕਲ ਫਰਿੱਜਾਂ ਕੂਲਰ LCDਆਂ ਇੱਦਾਂ ਕਰਕੇ ਕਾਫੀ ਥਾਵਾਂ 'ਤੇ। ਗਗਨ ਵੀ ਬੈਸਟ ਨਿਕਲਿਆ, ਆਪਾਂ ਵੀ ਪਿਛਲੇ ਸਾਲ ਜਿੱਦਾਂ ਮੀਰੀ ਪੀਰੀ ਲਈ ਆਪਾਂ ਪਹਿਲੀ ਵਾਰ ਖੇਲੇ, ਐਤਕੀ ਵੀ ਖੇਲਾਂਗੇ, ਕਲੱਬ ਬਹੁਤ ਵਧੀਆ, ਭਾਅ ਜੀ ਹੋਣੀ ਬਹੁਤ ਮਾਣ ਕਰਦੇ ਆ, ਅਤੇ ਬਾਕੀ ਜਿਹੜੇ ਮੇਰੇ ਸੀਨੀਅਰ ਪਲੇਅਰ ਆ ਦੁੱਲਾ ਭਾਅ ਜੀ ਸੁੱਖਾ ਭੰਡਾਲ, ਇਹਨਾਂ ਬੰਦਿਆਂ ਦਾ ਆਪਾਂ ਬਹੁਤ ਜਿੱਦਾਂ ਧੰਨਵਾਦ ਕਰਦੇ ਹਾਂ, ਇਹਨਾਂ ਦੇ ਕਰਕੇ ਆਪਾਂ ਅੱਗੇ ਆਏ। ਅਤੇ ਘੱਟੋ ਘੱਟ ਪਿਛਲੇ ਸੀਜ਼ਨ 'ਚ 12-13 'ਚ 2000 'ਚ 10 ਕੱਪਾਂ 'ਚ ਬੈਸਟ ਨਿਕਲੇ, ਹਾਂਜੀ, ਅਤੇ ਤੀਸਰੀ ਪੋਜੀਸ਼ਨ ਹਾਸਲ ਕੀਤੀ। ਸੋ ਬਾਈ ਉਦੋਂ ਕਿੰਨੀ ਖੁਸ਼ੀ ਹੁੰਦੀ ਹੈ ਜਿਵੇਂ 10-ਾਂ 'ਚੋਂ ਬੈਸਟ ਨਿਕਲੇ ਤੀਸਰੀ ਪੋਜੀਸ਼ਨ, ਕਿੰਨੀ ਖੁਸ਼ੀ ਹੁੰਦੀ ਹੈ ਆਪਦੇ? ਇਦਾਂ ਜੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਵੀ ਪਿੰਡ ਦਾ ਨਾਮ ਉੱਚਾ ਹੁੰਦਾ, ਆਪਣੇ ਪੰਜਾਬ ਦਾ, ਦੇਸ਼ ਦਾ, ਫਿਰ ਅਤੇ ਬਹੁਤ ਮਾਣ ਆ, ਕਦੀ ਸੋਚਿਆ ਨਹੀਂ ਸੀ। ਜਿੱਦਾਂ ਆਪਾਂ ਆਪਦਾ ਇਹਨਾਂ ਨੂੰ ਆਪਣਾ ਸੰਦੀਪ ਲੱਲੀਆਂ ਵਾਲੇ ਨੂੰ ਖੇਡਦਾ ਦੇਖਿਆ ਸੀ ਜਲੰਧਰ ਗੁਰੂ ਗੋਬਿੰਦ ਸਿੰਘ ਵਰਲਡ ਕੱਪ 'ਚ 2003 'ਚ, ਉਹਦੇ ਤੋਂ ਦੇਖ ਕੇ ਆਪਾਂ ਖੇਡਣਾ ਸ਼ੁਰੂ ਕੀਤਾ, ਅਤੇ ਬਹੁਤ ਖੁਸ਼ੀ ਹੋਈ ਜਿੱਦਾਂ ਉਹਨਾਂ ਕੱਪਾਂ 'ਤੇ, ਜਿੱਦਾਂ ਜਲੰਧਰ ਐਤਕੀ, ਅਤੇ ਆਦਮਪੁਰ ਲੁਧਿਆਣੇ ਆਪਣਾ ਬਾਨਾ ਸੀ, ਅਤੇ ਮੈਸਮਪੁਰ ਜਿਹੜੇ ਮੇਨ ਮੇਨ ਕੱਪ ਆ ਜਿੱਦਾਂ ਆਪਣੇ ਬਾਬੇ ਦਾਮੂ ਸ਼ਾਹ ਦੇ ਉੱਥੇ ਲੁਹਾਰੇ,
ਤੇ ਬੇਗੋਵਾਲ ਤੇ ਕਪੂਰਥਲੇ ਦਾ ਜਿਹੜਾ ਮੇਨ ਕੱਪ ਆਪਣੇ ਉਹਦੇ 'ਚ ਆਪਾਂ ਬੈਸਟ ਨਿਕਲੇ, ਇੱਦਾਂ ਕਰਕੇ 10 ਕੱਪਾਂ 'ਚ ਟੋਟਲ ਬੈਸਟ ਸੀ। ਤੇ ਬਹੁਤ ਜ਼ਿਆਦਾ ਖੁਸ਼ੀ ਮੈਨੂੰ ਹੋਇਆ, ਮਾਣ ਹੋਇਆ ਵੀ ਮੈਂ ਵੀ ਬੈਸਟ ਨਿਕਲਿਆ। ਮਾਲਕ ਨੇ, ਸੱਚੇ ਪਾਤਸ਼ਾਹ ਨੇ, ਹਨੂੰਮਾਨ ਜੀ ਦੀ ਕਿਰਪਾ ਹੋਈ, ਉਹਨਾਂ ਦੇ ਆਪਾਂ ਭਗਤ ਹਾਂ ਬਾਬੇ ਨਾਨਕ ਦੇ, ਤੇ ਬਸ ਉਹਨਾਂ ਦੇ ਸਿਰ 'ਤੇ ਹੀ ਮਿਹਨਤ ਕੀਤੀ ਆ। ਅਗਾਂਹ ਵੀ ਹੁਣ ਚੰਗਾ ਖੇਡਣ ਦੀ ਕੋਸ਼ਿਸ਼ ਕਰਾਂਗੇ, ਮਿਹਨਤ ਕਰਾਂਗੇ। ਅਸੀਂ ਵੀ ਇਹ ਅਰਦਾਸ ਕਰਦੇ ਹਾਂ ਜੀ ਮਹਾਰਾਜ ਇੱਦਾਂ ਹੀ ਤੁਹਾਡੇ ਤੇ ਹੱਥ ਬਣਿਆ ਰਹੇ, ਜਿਵੇਂ ਪੱਪੂ ਭਾਈ ਅੱਜ ਸਾਰੇ ਵਰਲਡ ਦੇ ਦਰਸ਼ਕ ਤੁਹਾਨੂੰ ਦੇਖ ਰਹੇ ਆ। ਸੋ ਐਂਡ ਤੇ ਕੋਈ ਦਰਸ਼ਕਾਂ ਨੂੰ ਖਾਸ ਮੈਸੇਜ ਆ, ਕੋਈ ਗੱਲ ਜੋ ਪੱਪੂ ਜੋਗਿਆਲ ਦੇ ਮਨ 'ਚ ਹੋਵੇ ਯਾਰ ਮਾਂ ਕਹਿਣੀ ਸੀ, ਉਹ ਜ਼ਰੂਰ ਕਹੋ ਜੀ। ਬਾਜੀ ਆਪਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ ਅਤੇ ਕਹਿੰਦੇ ਹਾਂ ਵੀ ਚੰਗੀ ਕਬੱਡੀ ਵੇਖੋ ਪਲੇਅਰਾਂ ਨੂੰ, ਜਿੱਦਾਂ ਮਤਲਬ ਤੁਹਾਨੂੰ ਵੀ ਖੁਸ਼ੀ ਹੁੰਦੀ ਆ ਸਾਰੇ ਦਰਸ਼ਕਾਂ ਨੂੰ ਵੀ ਵਧੀਆ ਪਲੇਅਰ, ਵੀ ਵਧੀਆ ਪਲੇਅਰ ਅੱਗੇ ਪਨੀਰੀ ਵੀ ਵਧੀਆ ਹੋਵੇ ਅਤੇ ਨਸ਼ਾ ਨਾ ਕਰਨ ਜਿਨ੍ਹਾਂ ਨੂੰ ਵੀ ਤੁਸੀਂ ਮਿਲਦੇ ਹੋ, ਅਤੇ ਤੁਹਾਨੂੰ ਖੁਸ਼ੀ ਹੁੰਦੀ ਆ, ਸਾਨੂੰ ਵੀ ਖੁਸ਼ੀ ਹੁੰਦੀ ਆ ਦਰਸ਼ਕਾਂ ਨੂੰ ਮਿਲ ਕੇ। ਅਤੇ ਆਪਾਂ ਨੂੰ ਬਹੁਤ ਖੁਸ਼ੀ ਹੋਈ ਆ ਵੀ ਤੁਸੀਂ ਆਪਣਾ ਇੰਟਰਵਿਊ ਲਿਆ ਅਤੇ ਸਾਰੇ ਦਰਸ਼ਕਾਂ ਦੇ ਰੂਬਰੂ ਕਰਾਇਆ ਸਾਰੇ ਵਰਲਡ 'ਚ, ਅਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਜੀ। ਸੋ ਬਾਈ ਜੀ ਸਾਡੇ ਲਈ ਟਾਈਮ ਕੱਢਿਆ, ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।